ਰਹਿਮਾਨ ਰਹੀਮ, ਅਸਲਾਮ ਵਾਲੇਕਮ। ਅੱਜ ਤੁਹਾਨੂੰ ਸਿਖਾਵਾਂਗੇ ਕਿ ਅੰਬੀਆਂ ਦੀ ਚਟਨੀ ਕਿਸ ਤਰ੍ਹਾਂ ਬਣਾਉਣੀ ਹੈ ਅਤੇ ਬੜੀ ਮਜ਼ੇਦਾਰ ਬਣਦੀ ਹੈ। ਛੋਟੇ ਛੋਟੇ ਜਿਹੜੇ ਕੱਚੇ ਅੰਬ ਹੁੰਦੇ ਨੇ ਉਹਨਾਂ ਦੀ ਚਟਨੀ ਬਣ ਜਾਂਦੀ ਹੈ ਅਤੇ ਬੜੀ ਮਜ਼ੇਦਾਰ ਬਣਦੀ ਹੈ। ਬਣਾ ਕੇ ਰੱਖ ਲਓ, ਸੇਫ ਕਰ ਲਓ, ਭਾਵੇਂ ਮਹੀਨਾ ਡੱਬੇ 'ਚ ਪਾ ਛੱਡੋ, ਖਰਾਬ ਨਹੀਂ ਹੁੰਦੀ। ਅਤੇ ਜੇ ਪਹਿਲੀ ਵਾਰੀ ਆਇਓ ਮੇਰੇ ਚੈਨਲ 'ਤੇ ਤਾਂ ਸਾਨੂੰ ਫੋਲੋ ਕਰ ਦੇਣਾ, ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਅਤੇ ਬੈਲ 'ਤੇ ਹੱਥ ਲਾਜ਼ਮੀ ਮਾਰ ਦਿਆ ਕਰੋ, ਕਿਉਂਕਿ ਅਗਲੀ ਵੀਡੀਓ ਜਿਹੜੀ ਹੈ ਸਾਰੀ ਤੁਸੀਂ ਡਿਟੇਲ ਨਾਲ ਦੇਖ ਸਕੋ। ਅਤੇ ਚਲੋ ਫਿਰ ਇਨਸ਼ਾਅੱਲਾ ਬਣਾਉਂਦੇ ਹਾਂ। ਤੁਹਾਨੂੰ ਦੱਸ ਰਹੇ ਹਾਂ, ਛੋਟੀ ਛੋਟੀਆਂ ਵੀ ਅਸੀਂ ਇਸ ਤਰ੍ਹਾਂ ਦੇ ਲੈ ਲਈਆਂ ਸੀ ਅਤੇ ਅਸੀਂ ਇਹਨਾਂ ਨੂੰ ਧੋ ਕੇ ਰੱਖ ਲਿਆ ਸੀ। ਇਹਨਾਂ ਨੂੰ ਛਿਲਕਾ ਲਾਹ ਲਵਾਂਗੇ ਇਹਨਾਂ ਦਾ, ਉੱਤੋਂ ਛਿਲ ਲਈਆਂ ਨੇ। ਇਹਨਾਂ ਨੂੰ ਅਸੀਂ ਕੱਟ ਲਾਂਗੇ ਇਸ ਤਰੀਕੇ ਨਾਲ, ਆਸਾਨੀ ਨਾਲ ਵਿੱਚੋਂ ਜਿਹੜਾ ਪਿੱਤਾ ਤੁਹਾਡਾ ਇਹ ਨਿਕਲ ਜਾਏਗਾ ਜਦੋਂ ਤੁਸੀਂ ਕੱਟ ਲਵੋਗੇ, ਕਿਉਂਕਿ ਇਹਦੇ ਨਾਲ ਸਾਡੀ ਚਟਨੀ ਜਿਹੜੀ ਆ ਘੋੜੀ ਨਾ ਹੋ ਜਾਏ। ਇਹ ਦੇਖੋ ਇਸ ਤਰੀਕੇ ਨਾਲ ਅਸੀਂ ਬਾਹਰ ਕੱਢ ਲਾਂਗੇ ਇਹਨਾਂ ਨੂੰ। ਕੱਟ ਕੇ ਦੇਖੋ ਪਲੇਟ 'ਚ ਪਾ ਲਈਆਂ ਨੇ ਇਸ ਤਰੀਕੇ ਦੇ, ਅਸੀਂ ਕੱਟ ਲਈਆਂ ਨੇ ਅਤੇ ਹੁਣ ਤੁਹਾਨੂੰ ਦੱਸਾਂਗੇ ਬਣਾਉਣਾ ਕਿਸ ਤਰ੍ਹਾਂ। ਬਸ 2 ਚਮਚ ਪਾਵਾਂਗੇ, 1 ਚਮਚ ਭਰ ਕੇ, ਜੇ ਇਹਦੇ ਨਾਲ ਚਟਨੀ ਦਾ ਬੜਾ ਮਜ਼ਾ ਆਏਗਾ। 1 ਚਮਚ ਭਰ ਕੇ ਪਾਵਾਂਗੇ ਅਸੀਂ ਸਾਦਾ ਮਿਰਚ, ਹੋਰ ਇਹਦੇ 'ਚ ਕੋਈ ਸ਼ੈ ਨਹੀਂ ਪਾਉਣੀ। ਸਾਰੀ ਵੀਡੀਓ ਐਂਡ ਤੱਕ ਦੇਖੋਗੇ ਅਤੇ ਖਾਸ ਚੀਜ਼ ਜਿਹੜੀ ਐਂਡ 'ਤੇ ਪਾਉਣੀ ਹੈ ਤੁਹਾਨੂੰ, ਇਨਸ਼ਾਅੱਲਾ ਉਹ ਤੁਹਾਨੂੰ ਦੱਸਾਂਗੇ ਕਿ ਕੀ ਪਾਉਣਾ ਇਹਦੇ 'ਚ। ਅਸੀਂ ਇਹਦੇ 'ਚ ਪਾਵਾਂਗੇ ਅਸੀਂ ਜਿਹੜੀਆਂ ਅਸੀਂ ਅੰਬੀਆਂ ਕੱਟ ਕੇ ਰੱਖੀਆਂ ਸੀ। ਛੋਟੀ ਅੱਧੀ ਸਬਜ਼ੀ ਪਾਵਾਂਗੇ ਅਸੀਂ ਇਹਦੇ 'ਚ, ਹਲਦੀ, ਕਾਲੀ ਮਿਰਚ 1 ਚਮਚ ਪਾਵਾਂਗੇ ਭਰ ਕੇ। ਇਹਦੇ 'ਚ ਅਸੀਂ ਪਾਵਾਂਗੇ ਪਾਣੀ, ਤਕਰੀਬਨ 2-2.5 ਕੱਪ ਪਾਣੀ ਦੇ ਪਾਵਾਂਗੇ। ਜਿਹਦੇ ਵਿੱਚ ਚੰਗੀ ਤਰ੍ਹਾਂ ਪੱਕ ਜਾਵੇ ਸਾਡੀ ਚਟਨੀ, ਬੜੀ ਸੋਹਣੀ ਬਣ ਜਾਵੇ ਇਹਦੀ ਅੰਬੀਆਂ ਦੀ। ਐਂਡ 'ਤੇ ਜਿਹੜੀ ਪਾਵਾਂਗੇ ਕਾਲਾ ਨਮਕ ਛੋਟੀ 1 ਚਮਚ ਭਰ ਕੇ, ਕਾਲੇ ਨਮਕ ਨਾਲ ਇਹ ਸਵਾਦ ਬੜਾ ਅੱਛਾ ਬਣ ਜਾਏਗਾ। ਸਫੇਦ ਨਮਕ 1/2 ਚਮਚ, ਬਸ ਸਭ ਤੋਂ ਐਂਡ 'ਤੇ ਇਹਦੇ 'ਚ ਪਾ ਦਾਂਗਾ ਮੈਂ ਚੀਨੀ ਛੋਟਾ 1 ਕੱਪ ਚੀਨੀ ਦਾ। ਢੱਕਣਾ ਦੇ ਕੇ ਇਹਨੂੰ ਕਵਰ ਕਰ ਦਾਂਗੇ ਜਿਹਦੇ ਚੰਗੀ ਤਰ੍ਹਾਂ ਅੰਬੀਆਂ ਗਲ ਨਾ ਜਾਣ, ਚਟਨੀ ਸਾਡੀ ਗਾੜੀ ਨਾ ਹੋ ਜਾਏ। 4-5 ਮਿੰਟ ਤੱਕ ਇਹਨੂੰ ਢੱਕ ਦਿੰਦੇ ਹਾਂ, ਅਸੀਂ ਹੁਣ ਚੈੱਕ ਕਰਾਂਗੇ। ਚਟਨੀ ਸਾਡੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ। ਮਾਸ਼ਾਅੱਲਾ ਦੇਖੋ ਕਿੰਨਾ ਪਿਆਰਾ ਕਲਰ ਆ ਗਿਆ, ਬਣ ਵੀ ਗਈ ਹੈ। ਲਾਲ ਕਸ਼ਮੀਰੀ ਮਿਰਚ ਵੀ ਅਸੀਂ ਥੋੜ੍ਹੀ ਜਿਹੀ ਪਾਈ, ਉਹਦੇ ਨਾਲ ਮਾਸ਼ਾਅੱਲਾ ਕਲਰ ਬੜਾ ਪਿਆਰਾ ਚਟਨੀ ਦਾ ਆ ਗਿਆ ਸਾਡੀ ਦਾ। ਥੋੜ੍ਹਾ ਜਿਹਾ ਚੁੱਲ੍ਹਾ ਤੇਜ਼ ਕਰਾਂਗੇ ਇਹਨੂੰ ਤਾਂ ਕਿ ਇਹਦੇ 'ਚ ਪਾਣੀ ਨਾ ਰਹੇ, ਚੰਗੀ ਤਰ੍ਹਾਂ ਖੁਸ਼ਕ ਹੋ ਜਾਏ। ਚਟਨੀ ਵੇਖੋ ਸਾਡੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਕੱਚੇ ਅੰਬਾਂ ਦੀ। ਹੁਣ ਅਸੀਂ ਇਹਨੂੰ ਚੁੱਲ੍ਹੇ ਤੋਂ ਥੱਲੇ ਲਾ ਲਵਾਂਗੇ। ਇਹ ਨਾਸ਼ਤੇ ਨਾਲ, ਮਾਸ਼ਾਅੱਲਾ ਪਰੌਠੇ ਨਾਲ, ਸਾਲਨ ਨਾਲ, ਦਾਲ ਚੌਲ ਬਣਾਓ, ਜਿਹਦੇ ਨਾਲ ਮਰਜ਼ੀ ਖਾਓ, ਬੜੀ ਮਜ਼ੇਦਾਰ ਬਣਦੀ ਲੱਗਦੀ ਹੈ। ਪਕੌੜੇ ਸਮੋਸੇ ਬਣਾਓ ਤੁਸੀਂ ਉਹਦੇ ਨਾਲ ਖਾਓ। ਸਾਡੇ ਕੱਚੇ ਅੰਬਾਂ ਦੀ ਮਾਸ਼ਾਅੱਲਾ ਚਟਨੀ ਬਿਲਕੁਲ ਤਿਆਰ ਹੋ ਗਈ ਹੈ, ਬੜੀ ਮਜ਼ੇਦਾਰ ਹੈ। ਕਲਰ ਵੇਖੋ ਕਿੰਨਾ ਪਿਆਰਾ ਇਹਦਾ ਹੋ ਗਿਆ। ਅਤੇ ਸਾਨੂੰ ਫੋਲੋ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਓ, ਬੈਲ 'ਤੇ ਹੱਥ ਮਾਰ ਦਿਓ, ਕਿਉਂਕਿ ਤੁਹਾਡੀ ਤਰਫ ਸੇ ਮੁਹੱਬਤ ਅਤੇ ਪਿਆਰ ਹੁੰਦਾ ਹੈ ਇਹ ਸਾਨੂੰ ਜਿਹੜਾ ਤੁਸੀਂ ਦਿੰਦੇ ਹੋ, ਅਤੇ ਬੈਲ 'ਤੇ ਹੱਥ ਮਾਰ ਦਿਓ। ਫਿਰ ਮਿਲਾਂਗੇ ਅਗਲੀ ਡਿਸ਼ ਨਾਲ। ਅਸਲਾਮੁਅਲੈਕਮ।